ਕਿਸਾਨਾਂ ਨੇ ਤਰਪਾਲਾਂ ਦੇ ਨਾਲ ਸਾਰੇ ਬੂਥ ਢੱਕ ਦਿੱਤੇ ਨੇ 13 ਦਿਨਾਂ ਤੋਂ ਟੋਲ ਪਲਾਜ਼ਾ। ਦਰਅਸਲ ਕਿਸਾਨ ਧਰਨੇ 'ਤੇ ਬੈਠੇ ਹੋਏ ਨੇ, ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ। ਕਿਸਾਨਾਂ ਦਾ ਕਹਿਣਾ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ। ਟੋਲ ਪਲਾਜ਼ਾ ਦੇ ਵਧੇ ਰੇਟ ਦਰਅਸਲ ਕਿਸਾਨ ਜੋ ਕਿ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਲਾਡੋਵਾਲ, ਤਾਂ ਇਸੇ ਨੂੰ ਲੈ ਕੇ ਜਿੱਥੇ ਕਿ ਪਿਛਲੇ 13 ਦਿਨਾਂ ਤੋਂ ਧਰਨੇ 'ਤੇ ਕਿਸਾਨ ਬੈਠੇ ਹੋਏ ਸਨ, ਤਾਂ ਹੁਣ ਲਾਡੋਵਾਲ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਤੋਂ ਟੋਲ ਨਹੀਂ ਵਸੂਲੇ ਜਾਣਗੇ। ਕਿਸਾਨਾਂ ਨੇ ਤਰਪਾਲਾਂ ਦੇ ਨਾਲ ਜਿਹੜੇ ਕਿ ਸਾਰੇ ਬੂਥ ਵੀ ਢੱਕ ਦਿੱਤੇ ਨੇ, ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਕਿਵੇਂ ਤਰਪਾਲਾਂ ਦੇ ਨਾਲ ਬੂਥ ਕੱਕੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ। ਇਸ ਤੋਂ ਇਲਾਵਾ ਕਿਸਾਨ ਆਗੂ ਜਿਹੜੇ ਕਿ ਨਜ਼ਰ ਆ ਰਹੇ ਨੇ, ਅਤੇ ਅੱਜ ਦਰਅਸਲ ਕਿਸਾਨਾਂ ਦੇ ਵੱਲੋਂ ਇਹ ਵੱਡਾ ਇਕੱਠ ਕੀਤਾ ਗਿਆ ਸੀ। ਕਿਹਾ ਗਿਆ ਸੀਗਾ ਕਿ ਇਸ ਟੋਲ ਪਲਾਜ਼ਾ ਨੂੰ ਪੱਕੇ ਤੌਰ 'ਤੇ ਜਿਹੜਾ ਕਿ ਤਾਲਾ ਲਗਾ ਦਿੱਤਾ ਜਾਵੇਗਾ, ਅਤੇ ਆਖਿਰਕਾਰ ਟੋਲ ਪਲਾਜ਼ਾ ਨੂੰ ਬੰਦ ਕਰ ਦਿੱਤਾ ਗਿਆ। ਜਿਹੜੇ ਵੀ ਅਲੱਗ ਅਲੱਗ ਜਿਹੜੇ ਦਰਅਸਲ ਬੂਥ ਹੁੰਦੇ ਨੇ ਜਿੱਥੋਂ ਕਿ ਟੋਲ ਕੱਟਿਆ ਜਾਂਦਾ, ਉੱਥੇ ਅਲੱਗ ਅਲੱਗ ਕਰਮਚਾਰੀ ਜਿਹੜੇ ਕਿ ਬੈਠੇ ਹੁੰਦੇ ਨੇ, ਉਹ ਪੂਰੀ ਤਰ੍ਹਾਂ ਬੂਥ ਜਿਹੜੇ ਕਿ ਤਰਪਾਲਾਂ ਦੇ ਨਾਲ ਢੱਕ ਦਿੱਤੇ ਗਏ ਨੇ। ਅਤੇ ਕਿਸਾਨਾਂ ਦਾ ਕਹਿਣਾ ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਨਾ ਹੋਣ ਤੱਕ ਟੋਲ ਬੰਦ ਰਹੇਗਾ। ਦਰਅਸਲ ਟੋਲ ਪਲਾਜ਼ਾ ਦੇ ਵਧੇ ਰੇਟ ਵਾਪਸ ਲੈਣ ਦੀ ਜੋ ਕਿ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ। ਇੱਥੇ ਵੀ ਜ਼ਿਕਰਯੋਗ ਹੈ ਕਿ ਪੰਜਾਬ ਦਾ ਇਹ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ, ਜਿੱਥੇ ਕਿ ਰੇਟ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੀ ਜਿਹੜਾ ਕਿ ਵਾਧਾ ਹੋਇਆ, ਉਸ ਵਾਧੇ ਦੇ ਖਿਲਾਫ ਲਗਾਤਾਰ ਕਿਸਾਨਾਂ ਦੇ ਜੋ ਕਿ ਧਰਨਾ ਦਿੱਤਾ ਜਾ ਰਿਹਾ, ਉਸ ਵਾਧੇ ਨੂੰ ਵਾਪਸ ਲੈਣ ਦੀ ਜੋ ਕਿ ਕਿਸਾਨ ਮੰਗ ਕਰ ਰਹੇ ਨੇ, ਅਤੇ ਇਸੇ ਰੋਸ ਦੇ ਵਜੋਂ ਹੀ ਲਾਡੋਵਾਲ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ। ਦੇਖੋ, ਇਹ ਟੋਲ ਪਲਾਜ਼ਾ ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ, ਔਰ ਇਸ ਟੋਲ ਪਲਾਜ਼ੇ ਦੀ ਜਿਹੜੀ ਮਿਆਦ ਹੈ, ਸਾਨੂੰ ਪਤਾ ਚੱਲ ਰਿਹਾ ਕਿ ਇਹਦੀ ਮਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ, ਪਰ ਇੱਥੇ ਜਿਹੜੀ ਸਰਕਾਰਾਂ ਧਾਂਦਲੀ ਕਰ ਰਹੀਆਂ, ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ, ਔਰ ਅਸੀਂ ਇਹਨਾਂ ਤੋਂ ਮੰਗ ਰਹੇ ਕਿ ਸਾਨੂੰ ਡਾਕੂਮੈਂਟ ਦਿਓ, ਇਹਦਾ ਐਗਰੀਮੈਂਟ ਕਦੋਂ ਤੱਕ ਹੈ। ਸੈਕਿੰਡ, ਹਰ ਸਾਲ ਇਹਨੂੰ ਇਹ 3-3 ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ, ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ, ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ, ਜਿਹੜੀ ਬਿਲਕੁਲ ਲੋਕਾਂ ਦੀ, ਆਮ ਜਨਤਾ ਦੀ ਲੁੱਟ ਹੋ ਰਹੀ ਹੈ। ਔਰ ਦਿੱਲੀ ਦੇ ਵਿੱਚ 1.25 ਕਰੋੜ ਤੋਂ 1.5 ਕਰੋੜ ਰੁਪਈਆ ਗਿਰਾਇਆ ਜਾਂਦਾ, ਇੱਕ ਸਾਲ 'ਚ 500 ਕਰੋੜ ਰੁਪਈਆ ਸਾਡੇ ਪੰਜਾਬ ਦੇ ਲੋਕਾਂ ਤੋਂ, ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ, ਜਿਹਦਾ ਕੋਈ ਪਤਾ ਹੀ ਨਹੀਂ ਵੀ ਕਿਹੜੇ ਖਾਤੇ ਜਾ ਰਿਹਾ। ਇਹ ਕਰਪਸ਼ਨ ਐਡੀ ਵੱਡੀ ਹੈ, ਉਹਦੇ ਵਿਰੋਧ 'ਚ ਧਰਨਾ ਚੱਲ ਰਿਹਾ ਸੀ। ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ, ਜਿੰਨਾ ਚਿਰ ਜਥੇਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ, ਇਹਦੇ ਕੋਲ ਲੀਗਲ ਡਾਕੂਮੈਂਟ ਜਿਹੜੇ ਆ ਉਹ ਜਥੇਬੰਦੀਆਂ ਨੂੰ ਨਹੀਂ ਦਿਖਾਏ ਜਾਂਦੇ। ਬਿਲਕੁਲ, ਅਸੀਂ ਸਾਰੇ ਜਿਹੜੇ ਇਹਨਾਂ ਦੇ ਬੂਥ ਹੈ, ਇਹਨਾਂ ਨੂੰ ਤਰਪਾਲਾਂ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ, ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕੇ ਹੈ। ਇਹ ਜਿਹੜਾ ਟੋਲ ਹੈ ਲਾਡੋਵਾਲ ਟੋਲ, ਯਾਦ ਰੱਖੋ, ਇਹ 'ਤੇ ਕਿਸੇ ਵੀ ਵੀਰ ਭੈਣ ਨੇ, ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ, ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ, ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਵੇ। ਅਸੀਂ ਚੱਲੇ ਹਾਂ, ਪਰ ਸਾਡਾ ਲੋਕਲ ਸਾਥੀ, ਲੋਕਲ ਕੇਡਰ ਇੱਥੇ ਲਾਗੇ ਹੀ ਆ, ਆਹ ਲਾਗਲੇ ਪਿੰਡ, ਆਹ ਲਾਗਲੇ ਖੇਤ ਸਾਡੇ ਹੀ ਨੇ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜੇ ਹੋਏ ਨੇ। ਰਜਿੰਦਰ, ਫਿਲਹਾਲ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ, ਕੀ ਅਜੇ ਵੀ ਕਿਸਾਨ ਮੌਕੇ 'ਤੇ ਮੌਜੂਦ ਨੇ, ਹਾਲਾਂਕਿ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ? ਜੀ ਬਿਲਕੁਲ ਪਰਮਿੰਦਰ, ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਬੇਸ਼ੱਕ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਤਾਲਾਬੰਦੀ ਦੀ ਗੱਲ ਕਹੀ ਜਾ ਰਹੀ ਸੀ, ਪਰ ਇਸ ਦੇ ਵਿਚਾਲੇ ਉਹਨਾਂ ਨੇ ਤਰਪਾਲਾਂ ਦੇ ਜ਼ਰੀਏ ਜਿਹੜੇ ਬੂਥ ਆ ਉਸ ਨੂੰ ਜਿਹੜਾ ਕਵਰ ਕਰ ਦਿੱਤਾ, ਔਰ ਕਿਹਾ ਕਿ
ਜਿਹੜਾ ਇਹ ਬੂਥ ਆ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਕਹਿ ਲਈਏ ਕਿ ਰੇਟ ਦੇ ਵਿੱਚ ਜਿਹੜੀ ਕਟੌਤੀ ਉਹ ਨਹੀਂ ਕੀਤੀ ਜਾਂਦੀ। ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਆਸ਼ਵਾਸਨ ਦਵਾਇਆ ਹੈ ਕਿ ਜੇਕਰ ਇਸ ਨੂੰ ਖੋਲ੍ਹਿਆ ਜਾਵੇਗਾ ਤਾਂ ਇਸ ਟੋਲ ਨੂੰ ਸਦਾ ਦੇ ਲਈ ਜਿਹੜਾ ਇਸ ਨੂੰ ਚੱਕ ਦਿੱਤਾ ਜਾਵੇਗਾ ਇਸ 'ਤੇ। ਹਾਲਾਂਕਿ ਉਹਨਾਂ ਨੇ ਇਹ ਜ਼ਰੂਰ ਤਰਕ ਦਿੱਤਾ ਕਿ ਅਧਿਕਾਰੀਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਹਨਾਂ ਦੀ ਜ਼ਰੂਰ ਹੋਈ ਹੈ ਤਾਂ ਉਹਨਾਂ ਨੇ ਜਿਹੜਾ ਇਸ ਮਸਲੇ ਦੇ ਹੱਲ ਦੀ ਗੱਲ ਕਹੀ ਹੈ ਔਰ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਜ਼ਰੂਰ ਚੱਲ ਰਹੀ ਹੈ। ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਜੇਕਰ ਰੇਟ ਦੇ ਵਿੱਚ ਕਟੌਤੀ ਹੋਵੇਗੀ ਤਾਂ ਹੀ ਇਹ ਜਿਹੜਾ ਲੱਡਵਾਲ ਟੋਲ ਪਲਾਜ਼ਾ ਇਸ ਨੂੰ ਚਾਲੂ ਕੀਤਾ ਜਾਵੇਗਾ, ਨਹੀਂ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਇੱਥੋਂ ਫ੍ਰੀ ਦੇ ਵਿੱਚ ਜਿਹੜਾ ਸਫ਼ਰ ਕਰਨਗੇ। ਤਾਂ ਇਹ ਕਿਹਾ ਜਾ ਸਕਦਾ ਕਿ ਲੋਕਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿਉਂਕਿ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੋਂ ਲੰਘਦੇ ਸੀ ਔਰ 230 ਰੁਪਏ ਦੇ ਕਰੀਬ ਜਿਹੜਾ ਇੱਕ ਸਾਈਡ ਦਾ ਉਹ ਦੇ ਕੇ ਜਾਂਦੇ ਸੀ ਤਾਂ ਉਹਨਾਂ ਦਾ ਇਹ ਟੋਲ ਜ਼ਰੂਰ ਬਚਿਆ ਹੈ। ਪਰ ਕਿਸਾਨ ਇਸ ਨੂੰ ਆਪਣੀ ਵੱਡੀ ਜਿੱਤ ਜ਼ਰੂਰ ਮੰਨਦੇ ਨੇ ਜੀ। ਰਜਿੰਦਰ, ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਅਧਿਕਾਰੀਆਂ ਦੇ ਨਾਲ ਵੀ ਕਿਸਾਨ ਆਗੂਆਂ ਦੀ ਜਿਹੜੀ ਕਿ ਮੀਟਿੰਗ ਹੋਈ ਤਾਂ ਜੋ ਇਹਨਾਂ ਦੀ ਮੁੱਖ ਮੰਗ ਹੈ ਕਿ ਜਿਹੜਾ ਵਾਧਾ ਕੀਤਾ ਗਿਆ ਟੋਲ ਟੈਕਸ ਦੇ ਵਿੱਚ ਉਸ ਨੂੰ ਵਾਪਸ ਲਿਆ ਜਾਵੇ, ਕਿ ਉਸ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਹੋਈ ਨਜ਼ਰ ਆਈ ਹੈ ਜਾਂ ਕੋਈ ਭਰੋਸਾ ਮਿਲਿਆ? ਜੀ ਬਿਲਕੁਲ, ਇਸ ਮਾਮਲੇ ਦੇ ਵਿੱਚ ਲੁਧਿਆਣਾ ADC ਦੇ ਵੱਲੋਂ ਅੱਜ ਜਿਹੜਾ ਮੰਗ ਪੱਤਰ ਜ਼ਰੂਰ ਲਿਆ ਜਾਣਾ ਸੀ ਤਾਂ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਜਾਂ ਵੱਖ ਵੱਖ ਜਥੇਬੰਦੀਆਂ ਅੱਜ ਜਿਹੜੀਆਂ ਸਹਿਯੋਗ ਕਰਨ ਪਹੁੰਚੀਆਂ ਸੀ ਉਹਨਾਂ ਦੀਆਂ ਮੰਗਾਂ ਨੇ ਤਾਂ ਕਿ ਇਸ ਲੱਡੋਵਾਲ ਟੋਲ ਪਲਾਜ਼ਾ ਦੀ ਦਰਾਂ ਦੇ ਵਿੱਚ ਜਿਹੜੀ ਕਟੌਤੀ ਹੋ ਸਕੇ। ਪਰ ਉਹਨਾਂ ਦੇ ਵੱਲੋਂ ਜਿਹੜਾ ਮੰਗ ਪੱਤਰ ਰਸੀਵ ਨਹੀਂ ਕੀਤਾ ਗਿਆ। ਪਰ ਇਸੇ ਵਿਚਾਲੇ ਕਿਸਾਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਇਸ ਟੋਲ ਪਲਾਜ਼ਾ ਦੇ ਬੂਥਾਂ ਦੇ ਉੱਤੇ ਅੱਜ ਪੱਕੇ ਤੌਰ 'ਤੇ ਜਿਹੜਾ ਘੇਰਾਬੰਦੀ ਕਰਕੇ ਚੱਲੇ ਨੇ ਤਾਂ ਕਿ ਜਿਹੜੇ ਇਹਨਾਂ ਟੋਲ ਬੂਥਾਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਔਰ ਜਿਹੜਾ ਟੋਲ ਵਸੂਲਣ ਦੀ ਗੱਲ ਆ ਰਹੀ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਜਾਵੇਗਾ ਉਦੋਂ ਤੱਕ ਇਹ ਟੋਲ 'ਤੇ ਲੋਕ ਜਿਹੜੇ ਆ ਉਹ ਪੈਸਾ ਨਹੀਂ ਦੇਣਗੇ। ਤਾਂ ਸਿੱਧੇ ਤੌਰ 'ਤੇ ਕਿਸਾਨਾਂ ਨੇ ਜਿਹੜਾ ਐਲਾਨ ਜ਼ਰੂਰ ਕੀਤਾ ਹੈ ਜੀ। ਰਜਿੰਦਰ, ਜਿਵੇਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਜਦੋਂ ਕਿਸਾਨਾਂ ਦੇ ਵੱਲੋਂ ਤਰਪਾਲਾਂ ਦੇ ਨਾਲ ਸਾਰੇ ਬੂਥ ਟੱਕੇ ਗਏ ਤਾਂ ਕੀ ਹੁਣ ਜਿਹੜਾ ਕਿਸਾਨਾਂ ਦਾ ਧਰਨਾ ਪਿਛਲੇ 13 ਦਿਨਾਂ ਤੋਂ ਚੱਲ ਰਿਹਾ ਸੀ, ਧਰਨਾ ਕੀ ਉਸੇ ਤਰ੍ਹਾਂ ਜਾਰੀ ਰਹੇਗਾ ਜਾਂ ਕੀ ਹੁਣ ਕਿਸਾਨਾਂ ਦੇ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ ਹੈ ਜਿਹੜੇ ਕਿ ਬੂਥ ਟੱਕਣ ਤੋਂ ਬਾਅਦ? ਜੀ ਬਿਲਕੁਲ ਪਰਮਿੰਦਰ, ਇਹ ਜ਼ਰੂਰ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਜਿਹੜਾ ਉਹਨਾਂ ਦੇ 4 ਤੋਂ 5 ਮੈਂਬਰ ਜ਼ਰੂਰ ਜਿਹੜੇ ਰਹਿਣਗੇ ਕਿਉਂਕਿ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਨੇ ਜ਼ਰੂਰ ਇਸ ਗੱਲ ਨੂੰ ਲੈ ਕੇ ਕਿਹਾ ਹੈ ਕਿ ਉਹਨਾਂ ਦੇ ਹੋਰ ਵੀ ਜਿਹੜੇ ਕਈ ਜਗ੍ਹਾ 'ਤੇ ਉਹਨਾਂ ਨੇ ਜਿਸ ਤਰੀਕੇ ਨਾਲ 17 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਉਹ ਜਾ ਕੇ ਜਿਹੜਾ ਨਵਦੀਪ ਦੇ ਹੱਕ ਦੇ ਵਿੱਚ SSP ਦਫ਼ਤਰ ਦਾ ਘਿਰਾਓ ਕਰਨਗੇ ਤਾਂ ਉਹਨਾਂ ਨੇ ਇਹ ਜ਼ਰੂਰ ਤਰਕ ਦਿੱਤਾ ਹੈ ਕਿ ਇੱਥੇ 4 ਤੋਂ 5 ਮੈਂਬਰ ਜ਼ਰੂਰ ਉਹਨਾਂ ਦੇ ਰਹਿਣਗੇ ਔਰ ਇੱਥੇ ਕੋਈ ਵੀ ਅਗਰ ਹਲਚਲ ਹੁੰਦੀ ਹੈ ਤਾਂ ਫਿਰ ਉਹ ਇਸੇ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ। ਠੀਕ ਹੈ ਰਜਿੰਦਰ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਔਰ ਗੱਲ ਇੱਥੇ ਨਹੀਂ ਖਤਮ ਹੋਈ, ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਇਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ। 5,20,000 ਰੁਪਏ ਦਾ ਉਹਨਾਂ ਕੋਲ ਰਿਕਾਰਡ ਵੀ ਹੈ, ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਹੈ ਜਿਹਦੇ 'ਚ ਇਹ ਮੰਗ ਕਰ ਰਿਹਾ ਇਹਨਾਂ ਦਾ ਭਰਾ ਰਾਜਨ ਉਂਗਰਾਲ, ਸੀਤਨ ਉਂਗਰਾਲ ਦਾ ਭਰਾ ਜਿਹੜਾ, ਕਿਉਂਕਿ ਕੰਮ ਇਹਨਾਂ ਨੇ ਵੰਡੇ ਹੋਏ ਸੀ, ਕੰਮ ਇਹਨਾਂ ਨੇ ਇਸ ਤਰ੍ਹਾਂ ਵੰਡੇ ਸੀ ਜਿਹੜਾ ਕਾਰੋਬਾਰ ਹੈ ਪੈਸੇ ਦਾ ਸਾਰਾ ਲੈਣਾ ਦੇਣਾ ਹੈ ਲੇਖਾ ਜੋਖਾ ਉਹ ਰਾਜਨ ਅੰਗਰਾਲ ਰੱਖੂਗਾ। ਰਾਜਨੀਤਿਕ ਤਾਕਤ ਜਿਹੜੀ ਆ ਉਹ ਸ਼ੀਤਲ ਅੰਗਰਾਲ ਜਿਹੜਾ BJP ਦਾ ਵਿਧਾਇਕ ਵਾਸਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਜਲੰਧਰ ਵੈਸਟ ਤੋਂ ਰੱਖੂ। ਔਰ ਇਹਦੇ ਵਿੱਚ ਇਹਨਾਂ ਦੀ ਇੱਕ ਕੜੀ ਹੋਰ ਸੀ, ਅਯੂਬ ਖਾਨ, ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ। ਅਯੂਬ ਖਾਨ ਪੁਲਿਸ ਸਟੇਸ਼ਨ ਲੈ ਕੇ ਗਿਆ ਮਿਸਟਰ ਸੰਦੀਪ ਕੁਮਾਰ, ਜਿਨ੍ਹਾਂ ਦੀ ਕੰਪਲੇਂਟ ਦੇ ਬਿਹਾਫ 'ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਇਆ।
ਅਯੂਬ ਖਾਨ, ਰਾਜਨ ਅੰਗਰਾਲ ਨੇ ਕਿਹਾ ਵੀ ਅਯੂਬ ਖਾਨ ਜਿਹੜਾ ਆ ਇਹ ਤੇ ਅੱਖਾਂ ਮੀਚ ਕੇ ਤੁਸੀਂ ਭਰੋਸਾ ਕਰੋ, ਮੇਰਾ ਬੰਦਾ ਆ, ਥਾਣੇ 'ਚ ਵੀ ਤੁਹਾਡੇ ਨਾਲ ਜਾਊਗਾ, ਇੰਨੇ ਪੈਸੇ ਇਹਨੂੰ ਫੜਾ ਦਿਓ। ਜੋ ਜਿਸ ਤਰ੍ਹਾਂ ਦੀ ਰਿਕਾਰਡਿੰਗ ਸਾਰੀ ਹੋਈ ਆ, ਅੱਡ ਅੱਡ ਕਿਸ਼ਤਾਂ 'ਚ ਪੈਸੇ ਲਏ ਗਏ। ਫਿਰ ਉਹਨਾਂ ਨੂੰ ਅੱਜ ਤੋਂ ਤਕਰੀਬਨ ਡੇਢ ਦੋ ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਕਿ ਤੁਹਾਡਾ ਮੈਟਰ ਜਿਹੜਾ ਆ ਉਹ ਸੌਰਟ ਆਊਟ ਹੋ ਗਿਆ ਅਤੇ ਤੁਸੀਂ ਬੇਫਿਕਰ ਰਹੋ। ਲੇਕਿਨ ਇਨ ਬਿਟਵੀਨ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਤੋਂ ਕਾਲ ਆਉਂਦੀ ਆ ਸੰਦੀਪ ਕੁਮਾਰ ਨੂੰ ਵੀ ਤੁਹਾਡਾ ਮੈਟਰ